ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨ ਰੇਲਵੇ ਸਟੇਸ਼ਨ ਜਿਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਵੱਡੇ ਅੱਤਵਾਦੀ ਹਮਲੇ ਦੀ ਸ਼ੰਕਾ ਜਤਾਈ ਜਾ ਰਹੀ ਹੈ। ਸ਼੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਨਾਲ ਹੀ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ। 21 ਜੂਨ ਨੂੰ ਰੇਲਵੇ ਸਟੇਸ਼ਨਾਂ 'ਤੇ ਧਮਾਕੇ ਕਰਨ ਦੀ ਧਮਕੀ ਹੈ ਜਿਹੜੀ ਇਹ ਦਿੱਤੀ ਗਈ ਹੈ। ਇੱਕ ਪੱਤਰ ਪੰਜਾਬ ਪੁਲਿਸ ਦੇ ਹੱਥ ਲੱਗਾ ਜਿਸ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ, ਤਾਂ ਦੂਜੇ ਬੰਨੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਮੁਸਤੈਦ ਹੋ ਚੁੱਕੀ ਹੈ। ਚੈਕਿੰਗ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ। ਧਾਰਮਿਕ ਸਥਾਨਾਂ 'ਤੇ ਵੀ ਧਮਾਕਾ ਹੋ ਸਕਦਾ। ਦਰਬਾਰ ਸਾਹਿਬ ਅਤੇ ਵੈਸ਼ਨੋ ਦੇਵੀ ਮੰਦਰ ਦੇ ਵਿੱਚ ਧਮਾਕੇ ਦੀ ਇਨਪੁੱਟ ਹੈ। 23 ਜੂਨ ਨੂੰ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ, ਤਾਂ ਦੂਜੇ ਬੰਨੇ ਪੁਲਿਸ ਨੇ ਰੇਲਵੇ ਸਟੇਸ਼ਨਾਂ 'ਤੇ ਚੈਕਿੰਗ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। 21 ਜੂਨ ਨੂੰ ਜੰਮੂ ਕਸ਼ਮੀਰ ਰੇਲਵੇ ਸਟੇਸ਼ਨ, ਕਠੂਆ, ਪਠਾਨਕੋਟ, ਬਿਆਸ, ਬਠਿੰਡਾ ਦਾ ਰੇਲਵੇ ਸਟੇਸ਼ਨ, ਇਹਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਤਾਂ ਵੱਖ ਵੱਖ ਜ਼ਿਲ੍ਹਿਆਂ ਦੀ ਪੁਲਿਸ ਦੇ ਵੱਲੋਂ ਆਪਣੇ ਪੱਧਰ 'ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ। ਰੇਲਵੇ ਸਟੇਸ਼ਨਾਂ 'ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਤਾਂ ਦੱਸਦੀ ਹੈ ਕਿ ਇੱਕ ਖਾਤਾ ਜਿਹੜਾ ਉਹ ਮਿਲਿਆ ਹੈ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਅਤੇ ਰੇਲਵੇ ਸਟੇਸ਼ਨ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਫੋਰਸਿਸ ਨੇ ਉਹਨਾਂ ਦੇ ਵੱਲੋਂ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ। ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਹੋਇਆ, ਜਿਸ ਤੋਂ ਬਾਅਦ ਦਹਿਸ਼ਤਗਰਦਾਂ ਦੇ ਵੱਲੋਂ ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਇਨਪੁੱਟ ਮਿਲੀ ਹੈ। ਤਾਂ ਲਗਾਤਾਰ ਇਹਨਾਂ ਅੱਤਵਾਦੀਆਂ ਦੇ ਵੱਲੋਂ ਧਾਰਮਿਕ ਸਥਾਨਾਂ ਨੂੰ ਟਾਰਗੇਟ ਕਰਨ ਦੀ ਵਿਉਂਤਾ ਜਿਹੜੀ ਉਹ ਘੜੀ ਗਈ ਹੈ। ਤਾਂ ਦੂਜੇ ਬੰਨੇ ਪੁਲਿਸ ਦੇ ਵੱਲੋਂ ਵੀ ਚੌਕਸੀ ਵਧਾ ਦਿੱਤੀ ਗਈ ਹੈ। ਅੱਤਵਾਦੀ ਹਮਲੇ ਦਾ ਇੱਕ ਧਮਕੀ ਭਰਿਆ ਪੱਤਰ ਆ ਜਿਹੜਾ ਉਹ ਪ੍ਰਾਪਤ ਹੋਇਆ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਇਆ ਜਾਵੇਗਾ, ਇਸ ਤੋਂ ਬਿਨਾਂ ਰੇਲਵੇ ਸਟੇਸ਼ਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ। 23 ਜੂਨ ਅਤੇ 21 ਜੂਨ ਇਹ 2 ਦਿਨ ਨੇ ਜਿਸ ਦਿਨ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਹੋਣਗੇ। ਤਾਂ ਇਸੇ ਇਨਪੁੱਟ ਤੋਂ ਬਾਅਦ ਪੰਜਾਬ ਪੁਲਿਸ ਪੱਬਾਂ 'ਤੇ ਭਾਰ ਹੋ ਗਈ। ਲਗਾਤਾਰ ਸ਼ੱਕੀ ਥਾਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ, ਸ਼ੱਕੀ ਬੰਦਿਆਂ ਨੂੰ ਨਾਮਜ਼ਦ ਕੀਤਾ ਜਾ ਰਿਹਾ, ਹਰ ਪਾਸੇ ਚੌਕਸੀ ਆ ਜਿਹੜੀ ਪੁਲਿਸ ਦੇ ਵੱਲੋਂ ਵਧਾਈ ਗਈ ਹੈ। ਇੱਦਾਂ ਜੀ ਕਿ ਇੱਕ ਤਾਂ ਵੈਸੇ ਰੈਗੂਲਰ ਰੇਲਵੇ ਸਟੇਸ਼ਨ, ਬੱਸ ਸਟੈਂਡਸ ਅਤੇ ਹੋਰ ਭੀੜ ਭੜੱਕੇ ਵਾਲੇ ਅਸੀਂ ਰੈਗੂਲਰ ਚੈੱਕ ਕਰਾਉਂਦੇ ਰਹਿੰਦੇ ਹਾਂ, ਕੁਛ ਟਾਈਮ ਟੂ ਟਾਈਮ ਇਨਪੁੱਟ ਵੀ ਆਉਂਦੇ ਰਹਿੰਦੇ ਨੇ। ਉਸਦੇ ਮੱਦੇਨਜ਼ਰ ਫਿਰ ਅਸੀਂ ਚੈਕਿੰਗ ਜ਼ਿਆਦਾ, ਉਹਦੀ ਫ੍ਰੀਕੁਐਂਸੀ ਫਿਰ ਜ਼ਿਆਦਾ ਵਧਾ ਦਿੰਦੇ ਹਾਂ, ਅਤੇ ਇਸੇ ਕਰਕੇ ਅੱਜ ਅਸੀਂ ਆਪਣੇ ਫਰੀਦਕੋਟ ਦਾ ਜਿਹੜਾ ਰੇਲਵੇ ਸਟੇਸ਼ਨ ਹੈਗਾ ਇੱਥੇ ਚੈਕਿੰਗ ਕਰ ਰਹੇ ਸੀ। ਗੱਲ ਕਰਾਂਗੇ ਚੈਕਿੰਗ ਪੂਰੀ ਬਿੱਕੀਆਂ ਕੀਤੀ ਜਾ ਰਹੀ ਹੈ, ਕਿੰਨੇ ਮੁਲਾਜ਼ਮ ਨੇ ਅਤੇ ਆਖਿਰਕਾਰ ਰੇਲਵੇ ਪੁਲਿਸ ਦੀ ਮਦਦ ਨਾਲ ਲਿੱਤੀ ਗਈ ਹੈ, ਅਤੇ ਇਨਪੁੱਟ ਜਿਹੜੇ ਆਉਂਦੇ ਨੇ ਉਸ ਟਾਈਮ ਇਨਪੁੱਟ ਆਉਂਦੇ ਨੇ ਕਿ ਉਸ ਤੋਂ ਪਹਿਲਾਂ ਚੈਕਿੰਗ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ। ਕਹਿੰਦੇ ਜੀ ਰੈਗੂਲਰ ਚੈਕਿੰਗ ਅਸੀਂ ਕਰਦੇ ਰਹਿੰਦੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਬੱਸ ਸਟੈਂਡ ਹੋ ਗਏ, ਰੇਲਵੇ ਸਟੇਸ਼ਨ ਹੋ ਗਏ, ਹੋਰ ਭੀੜ ਭੜੱਕੇ ਵਾਲੇ ਇਲਾਕੇ ਆਪਣੇ ਸ਼ਹਿਰ 'ਚ ਥੋੜ੍ਹੇ, ਚਲੋ ਮਾਲ ਵੱਡੇ ਨਹੀਂ ਹੈਗੇ, ਬਟ ਅਸੀਂ ਰੈਗੂਲਰ ਇਹ ਚੀਜ਼ਾਂ ਚੈੱਕ ਕਰਦੇ ਰਹਿੰਦੇ ਹਾਂ। ਬਾਕੀ ਜਿਹੜੀ ਤੁਸੀਂ ਤੁਹਾਡੀ ਕੀਤੀ ਇਨਪੁੱਟ ਦੀ ਗੱਲ, ਜਦੋਂ ਉਹ ਆਉਂਦੀ ਆ ਫਿਰ ਉਸ ਚੀਜ਼ ਨੂੰ ਧਿਆਨ 'ਚ ਰੱਖ ਕੇ ਵੀ ਚੈਕਿੰਗ ਕੀਤੀ ਜਾਂਦੀ ਹੈ।